ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਮੱਠੀ ਮੱਠੀ ਧੁੱਪ ਨਿਕਲੀ ਆ ਤੇ ਰਾਤ ਦੇ ਵੇਲੇ ਠੰਡ ਦੀ ਆਮਦ ਲਗਾਤਾਰ ਹੋਰ ਹੋ ਰਹੀ ਹੈ ਠੰਡ ਦੀ ਆਮਦ ਹੋਰ ਹੋਣੀ ਵੀ ਆ ਤੇ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਧੁੰਦ ਕਈ ਥਾਵਾਂ ਦੇ ਉੱਤੇ ਸੰਘਣੀ ਪੈ ਰਹੀ ਹੈ ਤੇ ਕੁਝ ਕੁ ਥਾਵਾਂ ਦੇ ਉੱਤੇ ਬਹੁਤ ਘੱਟ ਪਰ ਸੰਘਣੀ ਪੈ ਰਹੀ ਹੈ ਜਾਂ ਘੱਟ ਪੈ ਰਹੀ ਹੈ ਬੇਨਤੀ ਸਾਡੀ ਸਾਰੇ ਪੰਜਾਬੀ ਭੈਣਾ ਵੀਰਾਂ ਨੂੰ ਇੱਕੋ ਆ ਕਿ ਆਪਣੀ ਗੱਡੀ ਨੂੰ ਸੰਭਲ ਕੇ ਚਲਾਓ ਨਾ ਆਪਣਾ ਨੁਕਸਾਨ ਹੋਣ ਦਿਓ ਨਾ ਕਿਸੇ ਦਾ ਨੁਕਸਾਨ ਕਰੋ ਕਿਉਂਕਿ ਅਸੀਂ ਹਰ ਸਾਲ ਸਿਆਲਾਂ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਖਵਾ ਬੈਠਦੇ ਆ ਤੇ ਬਾਅਦ ਦੇ ਵਿੱਚ ਜਿਹੜੇ ਬਾਕੀ ਬਚੇ ਮੈਂਬਰ ਹੁੰਦੇ ਆ ਉਹਨਾਂ ਦੀ ਝੋਲੀ ਦੇ ਵਿੱਚ ਕੱਲਾ ਰੋਣਾ ਪੈ ਜਾਂਦਾ ਇਸ ਕਰਕੇ ਸਾਰੇ ਤੁਸੀਂ ਤੰਦ ਕਰ ਰਿਹਾ ਹਾਂ ਅਸੀਂ ਇਸ ਵੇਲੇ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਆ ਇਸ ਤੋਂ ਬਾਅਦ ਡਰਬੀ ਤੇ ਫਿਰ ਲੰਡਨ ਤੇ ਫਿਰ ਵਾਪਸੀ ਵੱਲ ਹੋਵਾਂਗੇ ਪਰ ਇੱਥੇ ਵੀ ਸਨੋ ਪੈ ਗਈ ਆ ਇੱਥੇ ਬਰਫਬਾਰੀ ਕਾਫੀ ਹੋ ਗਈ ਆ ਪੂਰੇ ਇੰਗਲੈਂਡ ਦੇ ਵਿੱਚ ਜਿਹਦੇ ਕਰਕੇ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਨਹੀਂ ਹੋਏ ਕਮਾਲ ਦੀ ਗੱਲ ਇਹ ਆ ਕਿਉਂਕਿ ਜੇਕਰ ਕਿਸੇ ਨੇ 6 ਵਜੇ ਕੰਮ ਤੇ ਜਾਣਾ ਉਹ 6 ਵਜੇ ਜਾ ਰਿਹਾ ਜੇ ਕਿਸੇ ਨੇ 8 ਵਜੇ ਜਾਣਾ 8 ਵਜੇ ਜਾ ਰਿਹਾ ਜੇ ਕਿਸੇ ਨੇ ਡਾਕਟਰ ਤੋਂ ਅਪੁਆਇੰਟਮੈਂਟ ਸਵਾ 9 ਵਜੇ ਦੀ ਲਈ ਉਹ ਸਵਾ 9 ਵਜੇ ਪਹੁੰਚ ਰਿਹਾ ਮਤਲਬ ਇਹ ਹੈ ਕਿ ਨਿਯਮਬੱਧ ਅਨੁਸ਼ਾਸਨਬੱਧ ਸਮੇਂ ਦੀ ਘੜੀ ਦੇ ਨਾਲ ਜੁੜੇ ਹੋਏ ਕਲੌਕ ਦੇ ਨਾਲ ਸੂਈ ਦੇ ਨਾਲ ਜੁੜੀ ਹੋਈ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਉਹਨੂੰ ਦੇਖ ਕੇ ਚੰਗਾ ਵੀ ਲੱਗ ਰਿਹਾ ਤੇ ਅਸੀਂ ਸਿੱਖ ਵੀ ਰਹੇ ਹਾਂ ਤੇ ਸਾਰਿਆਂ ਨੂੰ ਹੀ ਐਵੇਂ ਨਿਯਮਬੱਧ ਜ਼ਿੰਦਗੀ ਜਿਉਣੀ ਚਾਹੀਦੀ ਹੈ ਅਨੁਸ਼ਾਸਨ ਦੇ ਵਿੱਚ ਜਿਉਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਬੈਠੇ ਭੈਣਾ ਵੀਰ ਵੀ ਬਹੁਤ ਮੁਸ਼ਕਲ ਕਰਦੇ ਆ ਪਰ ਕੁਝਕ ਜਿਹੜੇ ਕਿ ਵੇਲੀ ਖਾਂਦੇ ਆ ਕਹਿੰਦੇ ਨੇ ਵੀ ਭਾਈ ਮਜਬੂਰੀਆਂ ਠੰਡ ਬਹੁਤ ਆ ਬਾਹਰ ਨਹੀਂ ਨਿਕਲਣ ਨੂੰ ਚਿਤ ਕਰਦਾ ਜਿਹੜੇ ਕਹਿੰਦੇ ਵੀ ਕੋਈ ਗੱਲ ਨਹੀਂ ਅੱਜ ਢਿੱਲੇ ਮੱਠੇ ਕਹਿ ਕੇ ਦਫ਼ਤਰੋਂ ਛੁੱਟੀ ਲੈ ਲੈਣੇ ਆ ਉਹ ਦੇਖਣ ਵੀ ਭਾਈ ਵਿਦੇਸ਼ਾਂ ਦੇ ਵਿੱਚ ਬਹੁਤ ਔਖਾ ਕੰਮ ਆ ਇਹ ਕੋ ਪੱਤਿਆਂ ਦੇ ਨਾਲ ਪੈਸੇ ਨਹੀਂ ਲੱਗਦੇ ਜਿਹੜੇ ਬੰਦੇ ਸਿਰੜੀ ਆ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹਨਾਂ ਨੂੰ ਸਲਾਮ ਕਰਦੇ ਆ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਮੰਨਕੀਰਤ ਔਲਖ ਦੇ ਵੱਲੋਂ ਇੱਕ ਟੀਵੀ ਚੈਨਲ ਦੇ ਨਾਲ ਕੀਤੀ ਗਈ ਮੁਲਾਕਾਤ ਦੇ ਨਾਲ ਸੰਬੰਧਿਤ ਮੰਨਕੀਰਤ ਔਲਖ ਪੰਜਾਬੀ ਗਾਇਕਾ ਉਹਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਸਮੇਂ-ਸਮੇਂ ਤੇ ਜੁੜੇ ਆ ਕਦੇ ਕਿਸੇ ਗੀਤ ਦੇ ਕਰਕੇ ਵਿਵਾਦ ਜੁੜਿਆ ਕਦੇ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਕਰਕੇ ਵਿਵਾਦ ਜੁੜਿਆ ਉਹਦੇ ਬਹੁਤ ਸਾਰੇ ਗੀਤਾਂ ਦੇ ਵਿੱਚ ਬੰਦੂਕਾਂ ਨਜ਼ਰ ਤੇ ਆ ਇਹਦੇ ਉੱਤੇ ਵੀ ਪੰਜਾਬ ਦੇ ਵਿੱਚ ਅੱਜਕੱਲ ਚਰਚਾ ਚੱਲ ਰਹੀ ਆ ਕਿ ਗੀਤਾਂ ਦੇ ਵਿੱਚੋਂ ਗਨ ਕਲਚਰ ਕਿਵੇਂ ਖਤਮ ਹੋਵੇ ਬੰਦੂਕ ਸੱਭਿਆਚਾਰ ਕਿਵੇਂ ਖਤਮ ਹੋਣਾ ਚਾਹੀਦਾ ਪਰ ਮਨਕੀਰ ਤੌਲਖ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕਦੇ ਵਿਦੇਸ਼ ਦੇ ਵਿੱਚ ਜਾਣ ਕਰਕੇ ਚਰਚਾ ਦੇ ਵਿੱਚ ਕਰੇ ਵਾਪਸ ਆਉਣ ਦੇ ਕਰਕੇ ਵਿਵਾਦਾਂ ਦੇ ਵਿੱਚ ਕਦੇ ਲਾਰੈਂਸ ਗੈਂਗ ਦੇ ਨਾਲ ਸੰਬੰਧ ਜੋੜਨ ਦੇ ਕਰਕੇ ਚਰਚਾ ਦੇ ਵਿੱਚ ਹਰ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਪਰ ਹੁਣ ਉਹਨੇ ਆਪਣੇ ਬਲਬਲੇ ਸਾਂਝੇ ਕੀਤੇ ਆ ਉਹਨੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੀਆਂ ਗੱਲਾਂ ਕਹੀਆਂ ਕਿ ਮੈਂ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਜਾ ਕੇ ਕਿਉਂ ਨਹੀਂ ਮਿਲਿਆ ਮੈਂ ਆਪਣੀ ਗਾਇਕੀ ਨੂੰ ਕਿਉਂ ਰੋਕੀ ਬੈਠਾ ਮੈਂ ਸ਼ੋਅ ਅੱਜਕੱਲ ਕਿਉਂ ਨਹੀਂ ਲਾ ਰਿਹਾ ਮੇਰੇ ਵਰਗੇ ਕਲਾਕਾਰ ਨੂੰ ਜਦੋਂ ਪੁੱਛ ਕਿਸ਼ਵਾਸ ਤੇ ਚੱਜਿਆ ਜਾਂਦਾ ਤਾਂ ਮਨ ਦੇ ਵਿੱਚ ਕੀ ਚੱਲਦਾ ਬੱਬੂ ਮਾਨ ਦੇ ਮਤਲਬਕੋ ਨੇ ਕਾਫੀ ਕੁਝ ਕਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਤੋਂ ਬਾਅਦ ਪਤਾ ਨਹੀਂ ਕਿ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹ ਮਲਕੀਰਤ ਔਲਖ ਨੂੰ ਬਰੀ ਕਰਨਗੇ ਇਸ ਮਸਲੇ ਦੇ ਵਿੱਚੋਂ ਜਾਂ ਉਵੇਂ ਹੀ ਕਟਾਰੇ ਦੇ ਵਿੱਚ ਖੜਾ ਰੱਖਣਗੇ ਪਰ ਮੇਰੀ ਬੇਨਤੀ ਇੱਕੋ ਹੀ ਆ ਵੀ ਜੇ ਤਾਂ ਕਿਸੇ ਕੋਲੇ ਵੀ ਸਬੂਤ ਹੈ ਕਿਸੇ ਵੀ ਮਸਲੇ ਤੇ ਤਾਂ ਸਬੰਧਤ ਬੰਦੇ ਨੂੰ ਕਦੇ ਵੀ ਮਾਫ਼ ਨਹੀਂ ਕਰਨਾ ਚਾਹੀਦਾ ਤੇ ਜੇਕਰ ਸਬੂਤ ਹੈ ਨਹੀਂ ਤਾਂ ਫਿਰ ਅੰਦਾਜ਼ਿਆਂ ਦੇ ਆਧਾਰ ਦੇ ਉੱਤੇ ਉਹਨੂੰ ਕਸੂਰਵਾਰ ਨਹੀਂ ਸਾਬਤ ਕਰਨਾ ਚਾਹੀਦਾ ਸਾਡੇ ਵਿੱਚੋਂ ਕਈਆਂ ਦੀ ਕਿਸੇ ਵੀ ਮੁੱਦੇ ਦੇ ਉੱਤੇ ਭਾਵੇਂ ਧਰਮ ਦਾ ਮੁੱਦਾ ਹੋਵੇ ਭਾਵੇਂ ਕਲਾਕਾਰਾਂ ਦੇ ਵਿਵਾਦ ਦਾ ਹੋਵੇ ਭਾਵੇਂ ਰਾਜਨੀਤੀ ਦਾ ਹੋਵੇ ਭਾਵੇਂ ਕੋਈ ਹੋਰ ਵਿਸ਼ੂ ਹੋਵੇ ਉਹਦੇ ਵਿੱਚ ਅਸੀਂ ਇੱਕ رائے ਬਣਾ ਲੈਨੇ ਕਿ ਮੈਨੂੰ ਇਉਂ ਲੱਗਦਾ ਤੇ ਲੱਗਦਾ ਤਾਂ ਭਾਈ ਤੁਹਾਡੀ ਸਮੱਸਿਆ ਇੱਕੋ ਦੀ ਥੋੜੀ ਆ ਪਰ ਜੇਕਰ ਹਾਂ ਸਬੂਤ ਹੈ ਤਾਂ ਫਿਰ ਉਹਨੂੰ ਜਵਾਬਦੇਹ ਹੋਣਾ ਚਾਹੀਦਾ ਉਹ ਸਬੂਤ ਪੇਸ਼ ਕਰਕੇ ਗੱਲ ਕਰਨੀ ਚਾਹੀਦੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਨੂੰ 6.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਮਾਪਿਆਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ੰਸਕ ਵੀ ਇਨਸਾਫ ਚਾਹੁੰਦੇ ਆ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਆਪਣੇ ਵੱਲੋਂ ਕੋਈ ਕਾਰਵਾਈ ਕਰਨ ਦੇ ਵਿੱਚ ਕਸਰ ਨਹੀਂ ਛੱਡੀ ਤੇ ਕਲਾਕਾਰਾਂ ਦੇ ਉੱਤੇ ਹੁਣ ਗਾਜ ਰਗ ਰਹੀ ਹੈ ਕਦੇ ਐਨਆਈਏ ਦੇ ਵੱਲੋਂ ਪੁਸ਼ਕਸ਼ ਕੀਤੀ ਜਾਂਦੀ ਹੈ ਅਫਸਾਦਾ ਖਾਨ ਦੇ ਕੋਲੋਂ ਕਦੇ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾਂਦੀ ਪੁਸ਼ਕਸ਼ ਕੀਤੀ ਜਾਂਦੀ ਮਨਕੀਰ ਤੌਲਖ ਦੇ ਕੋਲੋਂ ਕਦੇ ਪੁਲਸਾ ਜਿਹੜੀ ਪੁਸ਼ਕਿਸ਼ ਕਰਨੀ ਹੈ ਬੱਬੂ ਮਾਨ ਦੇ ਕੋਲੋਂ ਸੋ ਆਉਂਦੇ ਸਮੇਂ ਦੇ ਵਿੱਚ ਕੀ ਕਲਾਕਾਰਾਂ ਦੇ ਜਗਤ ਦੇ ਵਿੱਚੋਂ ਗਾਇਕੀ ਜਗਤ ਦੇ ਵਿੱਚੋਂ ਕੋਈ ਨਾਂ ਇਹੋ ਜਿਹਾ ਉਮਰ ਕੇ ਆਊਗਾ ਜਿਹਦੇ ਨਾਲ ਇਸ ਕਤਲकांड ਦੀਆਂ ਕੜੀਆਂ ਜੁੜਨ ਜਾਂ ਸਿਰਫ ਤੇ ਸਿਰਫ ਇਹ ਹਾਲ ਦੀ ਕੜੀ ਅੱਕੀ ਪਲਾਹੀ ਹੱਥ ਮਾਰਨ ਵਾਲੀ ਗੱਲ ਹੈ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸੰਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ ਗਾयक ਮਨਕੀਰ ਤੌਲਖ ਨੇ ਇੱਕ ਟੀਵੀ ਚੈਨਲ ਦੇ ਉੱਤੇ ਆਪਣੇ ਜਜ਼ਬਾਤ ਖੁੱਲ ਕੇ ਸਾਹਮਣੇ ਰੱਖੇ ਨੇ ਉਹਨਾਂ ਨੇ ਕਿਹਾ ਕਿ ਕਿਵੇਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਇਸ ਦੌਰਾਨ ਔਲਖ ਦੇ ਕੋਲੋਂ ਪੁੱਛਿਆ ਗਿਆ ਕਿ ਜੇ ਉਸ ਦਾ ਸਿੱਧੂ ਨਾਲ ਕੋਈ ਵਿਵਾਦ ਨਹੀਂ ਸੀ ਤਾਂ ਕਤਲ ਤੋਂ ਬਾਅਦ ਉਹ ਸਿੱਧੂ ਦੇ ਮਾਪਿਆਂ ਨੂੰ ਮਿਲਣ ਚਾਹਉ ਨਹੀਂ ਗਿਆ ਇਸ ਦਾ ਜਵਾਬ ਦਿੰਦੇ ਹੋਏ ਔਲਖ ਨੇ ਕਿਹਾ ਕਿ ਜਦੋਂ ਸਿੱਧੂ ਦੀ ਮੌਤ ਹੋਈ ਤਾਂ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਇਸ ਤੋਂ ਵੀ ਵੱਧ ਦੁੱਖ ਦੀ ਗੱਲ ਇਹ ਸੀ ਕਿ ਸ਼ੱਕ ਦੀ ਸੂਈ ਉਹਦੇ ਉੱਤੇ ਘੁੰਮ ਰਹੀ ਸੀ ਇੱਥੋਂ ਤੱਕ ਕਿ ਉਸ ਦੇ ਉੱਤੇ ਮੂਸੇਵਾਲਾ ਦੇ ਕਾਤਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਵੀ ਲ ਉਹ ਬੇਗੁਨਾ ਪਾਇਆ ਗਿਆ ਤੇ ਉਸ ਨੂੰ ਕਲੀਨ ਚਟ ਮਿਲੇ ਆ ਮਨਕੀਰ ਤੌਲਖ ਨੇ ਕਿਹਾ ਕਿ ਉਹ ਸਿੱਧੂ ਦੇ ਮਾਪਿਆਂ ਨੂੰ ਮਿਲਣਾ ਚਾਹੁੰਦਾ ਹੈ ਉਹਨਾਂ ਨੇ ਆਪਣਾ ਇਕਲੌਤਾ ਜਵਾਨ ਪੁੱਤ ਗਵਾਇਆ ਉਸ ਨੂੰ ਇਸ ਗੱਲ ਦਾ ਦਿਲੋਂ ਅਫਸੋਸ ਹੈ ਪਰ ਜਦੋਂ ਤੱਕ ਕੇਸ ਦੀ ਪੜਤਾਲ ਚੱਲ ਰਹੀ ਹੈ ਉਹ ਮੂਸੇ ਵਾਲਾ ਦੇ ਪਰਿਵਾਰ ਨੂੰ ਨਹੀਂ ਮਿਲਣਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਉਹ ਵਿੱਕੀ ਮਿੱਡੂ ਖੜਾ ਦੇ ਕਤਲ ਬਾਰੇ ਖੁੱਲ ਕੇ ਬੋਲਿਆ ਉਹਨਾਂ ਤੋਂ ਹੀ ਵਿਰੋਧਗੰਦ ਦੇ ਨਿਸ਼ਾਨੇ ਦੇ ਉੱਤੇ ਆ ਗਿਆ ਇਸ ਦੇ ਨਾਲ ਹੀ ਲਾਰੈਂਸ ਨਾਲ ਸਬੰਧਾਂ ਦੇ ਬਾਰੇ ਬੋਲਦਿਆਂ ਔਲਖ ਨੇ ਕਿਹਾ ਕਿ ਵਿੱਕੀ ਮਿੱਡੂ ਖੜਾ ਤੇ ਲਾਰੈਂਸ ਮਿਸ਼ਨੋਈ ਉਸ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਨ ਇਸ ਵਿਚਾਰ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਉਹ ਸ਼ੱਕ ਦੀ ਸੂਈ ਦੇ ਉੱਤੇ ਆ ਗਿਆ ਹਾਲਾਂਕਿ ਕਲਾਕਾਰ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਉਹ ਇਹਨਾਂ ਦੋਸ਼ਾਂ ਤੋਂ ਨਜ਼ਾਤ ਮਹਿਸੂਸ ਕਰਦਾ ਹੈ ਹਾਲਾਂਕਿ ਲੋਕ ਹਾਰੇ ਵੀ ਔਲਖ ਨੂੰ ਕਮੈਂਟ ਕਰ ਕਰਕੇ ਆਪਣੀ ਭੜਾਸ ਘਟਦੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਇਹ ਕਹਾਂਗੇ ਕਿ ਮਨਕੀਰ ਤੌਲਖ ਤੇ ਕੁਝ ਕੁ ਹੋਰ ਲੋਕਾਂ ਦਾ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਕੁਝ ਕੁ ਲੋਕਾਂ ਦੇ ਵੱਲੋਂ ਤੇ ਕੁਝ ਕੁ ਸਮੇਂ ਸਮੇਂ ਦੇ ਉੱਤੇ ਮੀਡੀਆ ਦੇ ਵੱਲੋਂ ਸਵਾਲ ਕੀਤੇ ਗਏ ਆ ਸਾਨੂੰ ਨਹੀਂ ਪਤਾ ਕਿ ਮਨਕੀਰ ਤੌਲਖ ਇਸ ਮਾਮਲੇ ਦੇ ਵਿੱਚ ਕਸੂਰवार ਸੀ ਜਾਂ ਨਹੀਂ ਪਰ ਗੱਲ ਇਹ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਹੁਣ ਪੁੱਛ ਗਏ ਚੱਲੀ ਆ ਕਲਾਕਾਰਾਂ ਦੇ ਕੋਲੋਂ ਆਉਂਦੇ ਸਮੇਂ ਦੇ ਵਿੱਚ ਕੀ ਜਾਣਕਾਰੀ ਉੱਭਰ ਕੇ ਸਾਹਮਣੇ ਆਉਂਦੀ ਆ ਇਹਨੇ ਸਭ ਕੁਝ ਤੈਅ ਕਰਨਾ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਤੇ ਮਨਕੀਰ ਤੌਲਖ ਨੂੰ ਪੁਲਿਸ ਦੀ ਪੜਤਾਲ ਦੇ ਵਿੱਚੋਂ ਕਲੀਨ ਚਿੱਟ ਮਿਲੀ ਆ ਪੰਜਾਬ ਦੇ ਵਿੱਚ ਅੱਜ ਹਾਲਾਤ ਕੀ ਬਣੇ ਹੋਏ ਆ ਗਾਇਕਾਂ ਨੂੰ ਵੀ ਧਮਕੀਆਂ ਕਬੱਡੀ ਖਿਡਾਰੀਆਂ ਨੂੰ ਵੀ ਧਮਕੀਆਂ ਪ੍ਰਾਪਰਟੀ ਡੀਲਰਾਂ ਨੂੰ ਵੀ ਧਮਕੀਆਂ ਤੇ ਸੁਨਿਆਰ ਦਾ ਕੰਮ ਕਰਨ ਵਾਲਿਆਂ ਨੂੰ ਵੀ ਧਮਕੀਆਂ ਰਾਜਨੀਤਿਕ ਲੋਕਾਂ ਨੂੰ ਵੀ ਧਮਕੀਆਂ ਤੇ ਜਿਨ੍ਹਾਂ ਕੋਲੇ ਚਾਰ ਪੈਸੇ ਆ ਫੈਕਟਰੀਆਂ ਵਾਲਿਆਂ ਨੂੰ ਵੀ ਧਮਕੀਆਂ ਸੋ ਪੰਜਾਬ ਦੇ ਵਿੱਚ ਲਗਾਤਾਰ ਧਮਕੀਆਂ ਦਾ سلسلہ جاری ਆ ਮਨਕੀਰਤ ਔਲਖ ਨੇ ਆਪਣੇ ਮਨ ਦੇ ਬਲਬਲੇ ਜ਼ਾਹਰ ਕਰਤੇ ਸਹਿਮਤ ਅਸਹਿਮਤ ਹੋਣਾ ਸਾਡੀ ਆਪਣੀ ਮਰਜ਼ੀ ਆ ਉਹਦੇ ਮਨ ਦੇ ਵਿੱਚ ਹੋ ਸਕਦਾ ਦੁੱਖ ਵੀ ਹੋਵੇ ਹੋ ਸਕਦਾ ਇਸ ਤੋਂ ਉਲਟ ਵੀ ਗੱਲ ਹੋਵੇ ਸਾਨੂੰ ਇਹਦੇ ਬਾਰੇ ਇਲਮ ਨਹੀਂ ਪਰ ਗੱਲ ਇਹ ਆ ਕਿ ਸਿੱਧੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਜੇ ਖੜੀ ਆ ਤੇ ਕੀ ਉਸ ਤੋਂ ਬਾਅਦ ਕਦੇ ਕਿਸੇ ਨੂੰ ਧਮਕੀ ਆਈ ਆ ਕਿ ਨਹੀਂ ਆਈ ਪਿਛਲੇ 6 ਮਹੀਨਿਆਂ ਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ 58 ਥਾਵਾਂ ਦੇ ਉੱਤੇ ਫਰੋਤਗਾਨੀਆਂ ਫੋਨ ਆ ਲਈਆਂ 58 ਲੋਕਾਂ ਨੂੰ ਫਰੋਤੀ ਦੇ ਫੋਨ ਆਏ ਆ ਦੋ ਲੋਕਾਂ ਦਾ ਕਤਲ ਕਰਤਾ ਨਾਲ ਇੱਕ ਤੀਜੇ ਪੁਲਿਸ ਕਰਮਚਾਰੀ ਦਾ ਕਤਲ ਵੀ ਹੋਇਆ ਜਿਹੜਾ ਕਿ ਇੱਕ ਵਿਅਕਤੀ ਦਾ ਗਨਮੈਣ ਸੀ ਸੋ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਹੋਣਗੇ ਜਦੋਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਹੋਊਗਾ ਤੇ ਪੰਜਾਬ ਦੇ ਲੋਕ ਸੁਰੱਖਰੂ ਕਿਵੇਂ ਮਹਿਸੂਸ ਕਰਨਗੇ ਪੰਜਾਬ ਦੇ ਲੋਕ ਕਿਵੇਂ ਇਹ ਫੀਲ ਕਰਨਗੇ ਵੀ ਭਾਈ ਸਭ ਕੁਝ ਠੀਕ ਹੈ ਪੰਜਾਬ ਦੇ ਵਿੱਚ ਰਹਿੰਦੇ ਆ ਮੌਜਾ ਮਾਣਦੇ ਆ ਗੁਸਤਾਖੀ ਲਈ ਮਾਫੀ ਕਿਸੇ ਨੂੰ ਇਹ ਗੱਲ ਕੌੜੀ ਲੱਗ ਸਕਦੀ ਹੈ ਮੈਂ ਵੀ ਪੰਜਾਬ ਦੇ ਵਿੱਚ ਜੰਮਿਆ ਸ਼ਾਇਦ ਸਾਡਾ ਸਸਕਾਰ ਵੀ ਪੰਜਾਬ ਦੇ ਵਿੱਚ ਹੋਵੇ ਪਰ ਇਹ ਆ ਕਿ ਅੱਜ ਜਿਹੜੇ ਵੀ ਸਾਨੂੰ ਭੈਣਾ ਵੀਰ ਇੱਥੇ ਪੰਜਾਬ ਦੇ ਮਿਲਦੇ ਆ ਇੰਗਲੈਂਡ ਦੇ ਵਿੱਚ ਉਹ ਇੱਕੋ ਗੱਲ ਕਹਿੰਦੇ ਵੀ ਯਾਰ ਉੱਥੇ ਮਾਹੌਲ ਜਾ ਵਿਗੜਿਆ ਲੱਗਦਾ ਅਸੀਂ ਬਥੇਰਾ ਕਹਿੰਦੇ ਵੀ ਨਹੀਂ ਐਡੀ ਕੋਈ ਗੱਲ ਨਹੀਂ ਇਹ ਇੱਕੜ ਦੁਕੜ ਘਟਨਾਵਾ ਕਰਕੇ ਪੰਜਾਬ ਦੇ ਪ੍ਰਤੀ ਕੁੱਲ ਪੰਜਾਬ ਦੇ ਪ੍ਰਤੀ ਆਪਣੀ رائے ਨਾ ਪਲਟੋ ਜਿਹੜੀਆਂ ਘਟਨਾਵਾ ਵਾਪਰੀਆਂ ਉਹ ਵੀ ਨਹੀਂ ਸੀ ਵਾਪਰਣੀਆਂ ਚਾਹੀਦੀਆਂ ਇਹ ਬਹੁਤ ਮੰਦ ਭਾਗੀਆਂ ਪਰ ਤੁਸੀਂ ਆਪਣੀ رائے ਨਾ ਪਲਟੋ ਆਪ ਦੇ ਪੇਕੇ ਪਰਿਵਾਰ ਪ੍ਰਤੀ ਪਰ ਸਾਡੀਆਂ ਸਰਕਾਰਾਂ ਨੂੰ ਬੇਨਤੀ ਹੈ ਵੀ ਇਹ ਤੁਹਾਡੇ ਆਪਣੇ ਆ ਇਹ ਸਾਡੇ ਆਪਣੇ ਆ ਜਿਹੜੇ ਕਿ ਵਦੀਸ਼ਾਂ ਦੇ ਵੱਲ ਗਏ ਆ ਮਜਬੂਰੀਆਂ ਦੇ ਵਿੱਚ ਗਏ ਆ ਗਰੀਬੀ ਕੱਢਣ ਦੇ ਲਈ ਗਏ ਆ ਸੁਰੱਖਿਤ ਜ਼ਿੰਦਗੀ ਦੀ ਭਾਲ ਦੇ ਵਿੱਚ ਗਏ ਆ ਜੇ ਇਹ ਪੰਜਾਬ ਦੇ ਵਿੱਚ ਆਉਣ ਤੋਂ ਡਰਨ ਲੱਗੇ ਤੇ ਕਹਿਣ ਨੂੰ ਤਾਂ ਆਪਾਂ ਟਿੱਪਣੀ ਕਰਕੇ ਵੀ ਗੱਲ ਕਹਿ ਸਕਦੇ ਡਰਪੋਕ ਹਨ ਇਹ ਤਾਂ ਵਿਲੇ ਹਨ ਇਹ ਪੈਸੇ ਵਾਲੇ ਹਨ ਇਹ ਕਿਸੇ ਦਾ ਮੂੰਹ ਨਹੀਂ ਫੜ ਲੈਣਾ ਕਿਸੇ ਨੂੰ ਕੁਝ ਵੀ ਲਿਖ ਦੇਣਾ ਪਰ ਜਜ਼ਬਾਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜੇਕਰ ਅਸੀਂ ਚਾਹੋਨੇ ਜੀ ਕਿ ਇਹ ਪੰਜਾਬ ਦੇ ਵਿੱਚ ਆ ਕੇ ਪੂੰਜੀ ਨਿਵੇਸ਼ ਕਰਨ ਆਪਦੇ 1 ਪਾਉਂਡ ਦੇ 92 ਰੁਪਈਆ ਬਣਾ ਕੇ ਪੰਜਾਬ ਦੇ ਵਿੱਚ ਲਾਉਣ ਆਪਦੇ ਇੱਕ ਕੈਨੇਡੀਅਨ ਡਾਲਰ ਦੇ 60 ਰੁਪਏ ਬਣਾ ਕੇ ਪੰਜਾਬ ਦੇ ਵਿੱਚ ਲਾਉਣ ਅਮਰੀਕਨ ਡਾਲਰ ਦੇ 72 75 ਰੁਪਏ ਲਾਉਣ ਇੱਥੇ ਬਣਾ ਕੇ ਇਕ ਦੇ ਤੇ ਫਿਰ ਸਾਨੂੰ ਕੁਝ ਨਾ ਕੁਝ ਇਹਨਾਂ ਦੀ ਸੁਰੱਖਿਆ ਦੇ ਲਈ ਇਹਨਾਂ ਦੀ ਤਸੱਲੀ ਦੇ ਲਈ ਇਹਨਾਂ ਦੀ ਸੰਤੁਸ਼ਟੀ ਦੇ ਲਈ ਕਰਨਾ ਪਊਗਾ ਤੇ ਜੇਕਰ ਨਹੀਂ ਤਾਂ ਫਿਰ 에어ਪੋਰਟਾਂ ਦੇ ਉੱਤੇ ਪੰਜਾਬੀਆਂ ਦਾ ਇਕੱਠ ਹੁੰਦਾ ਰਹੂਗਾ ਪੰਜਾਬੀ ਪੰਜਾਬੀ ਨੂੰ ਜਹਾਜ਼ ਦੇ ਵਿੱਚ ਚੜਾਉਣ ਵਾਸਤੇ ਜਾਂਦਾ ਰਹੂਗਾ ਪੰਜਾਬ ਨੂੰ ਛੱਡ ਕੇ ਲੋਕ ਬਾਹਰਲੇ ਮੁਲਕ ਦੇ ਵੱਲ ਜਾਂਦੇ ਰਹਿਣਗੇ ਤੇ ਪੰਜਾਬ ਦੇ ਵੱਲ ਘੱਟ ਮੁੜਨਗੇ ਜੋ ਕਿ ਬਹੁਤ ਮੰਦਭਾਗੀ ਗੱਲ ਹੋਊਗੀ ਸੋ ਇਸ ਵੇਲੇ ਪੰਜਾਬ ਦੇ ਵਿੱਚ ਜਿੱਕਰ ਐਨ ਆਰ ਆਈ ਭਾਈਚਾਰੇ ਦੀਆਂ ਹੁਣ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋਣਾ ਮੇਰਾ ਖਿਆਲ ਹੈ ਵੀ 15 ਦਸੰਬਰ ਤੋਂ ਬਾਅਦ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋਣਾ ਪਰ ਬੇਨਤੀ ਇਹ ਆ ਵੀ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਜਿਹੜਾ ਕਿ ਵਿਆਹ ਕਰਨ ਵਾਸਤੇ ਆਇਆ ਸੀ ਉਹਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਪੁਲਿਸ ਨੇ ਉਹਨਾਂ ਨੂੰ ਕੰਨ ਕੀਤਾ ਉਹਦੇ ਬਦ ਵੀ ਗੌਰ ਕਰਨੀ ਚਾਹੀਦੀ ਆ ਪੰਜਾਬ ਦੇ ਕਲਾਕਾਰਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਇਹ ਆ ਕਿ ਭਾਈ ਤੁਸੀਂ ਬੰਦੂਕ ਸੱਭਿਆਚਾਰ ਤੋਂ ਦੂਰ ਜਾਓ ਬੰਦੂਕ ਦੀ ਗੱਲ ਘੱਟ ਕਰੋ ਤੁਸੀਂ ਸਾਜ਼ ਦੀ ਗੱਲ ਕਰੋ ਤੁਸੀਂ ਆਵਾਜ਼ ਦੀ ਗੱਲ ਕਰੋ ਤੁਸੀਂ ਸਾਹਿਤ ਦੀ ਗੱਲ ਕਰੋ ਤੇ ਸੁਣਨ ਵਾਲਿਆਂ ਨੂੰ ਵੀ ਬੇਨਤੀ ਆ ਵੀ ਚਿੱਕੜ ਚੌਧਰੀ ਨਾ ਬਣਿਆ ਕਰਗੇ ਆਪਾਂ ਆਪਾਂ ਕਲਾਕਾਰਾਂ ਪਿੱਛੇ ਲੜੀ ਜਾਂਦੇ ਆ ਧਰਮ ਪਿੱਛੇ ਲੜੀ ਜਾਂਦੇ ਆ ਨੇਤਾਵਾਂ ਪਿੱਛੇ ਲੜੀ ਜਾਂਦੇ ਆ ਪਾਰਟੀਆਂ ਪਿੱਛੇ ਲੜੀ ਜਾਂਦੇ ਆ ਬૌਧਿਕ ਪੱਧਰ ਨੂੰ ਥੋੜਾ ਜਿਹਾ ਉੱਚਾ ਚੁੱਕਣ ਦੀ ਕੋਸ਼ਿਸ਼ ਕਰਗੇ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਸੋਹਣੀ ਗੱਲਬਾਤ ਚੱਲੇ ਕਮਾਲ ਹੋ ਜੇ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦਾ ਹਾਲ ਕੀ ਹੋ ਜਾ ਇਹ ਅੱਜ ਦੀ ਗੱਲ ਨਹੀਂ ਜੇਕਰ ਅਸੀਂ ਪਰਛਾਂਦੇ ਵੱਲ ਵੀ ਝਾਤ ਮਾਰਗੇ ਤਾਂ ਬਹੁਤ ਕੁਝ ਅੱਖਾਂ ਦੇ ਮੋਰੇ ਫਿਲਮੀ ਦ੍ਰਿਸ਼ ਵਾਂਗ ਆ ਜਾਂਦਾ ਹੈ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਵਾਧਾ ਕਿ ਕੁੱਤੇ ਵਾਧਾ ਇਹਦੇ ਬਾਰੇ ਕਦੇ ਜਾ ਕੇ ਗਿਣਤੀ ਕੀਤੀ ਜਾ ਸਕਦੀ ਸੀ ਤੇ ਸ਼ਾਇਦ ਕੁਝ ਹੱਦ ਤੱਕ ਅੱਜ ਵੀ ਹੈ ਜਲੰਧਰ ਦੇ ਤੁਸੀਂ ਸਰਕਾਰੀ ਹਸਪਤਾਲਾਂ ਦਾ ਕਦੇ ਢੀੜਾ ਕੱਢ ਕੇ ਦੇਖੋ ਅੰਦਰ ਜਾ ਕੇ ਪੌੜੀਆਂ ਦੇ ਵੱਲ ਵੇਖੋ ਤੁਸੀਂ ਬਾਥਰੂਮਾਂ ਦੇ ਵੱਲ ਵੇਖੋ ਪਤਾ ਲੱਗ ਜਾਂਦਾ ਵੀ ਭਾਈ ਇੱਥੇ ਮਰੀਜ਼ ਆਉਣਾ ਚਾਹੀਦਾ ਕਿ ਨਹੀਂ ਇਹੀ ਕਾਰਨ ਮਾੜੀਆਂ ਸਹੂਲਤਾਂ ਦੇ ਕਰਕੇ ਮਾਰੇ ਟਾਂਚੇ ਦੇ ਕਰਕੇ ਹੀ ਇਹ ਇਨਾਂ ਹਸਪਤਾਲਾਂ ਨੂੰ ਅਜੇ 26 ਵਾਲੇ ਹਸਪਤਾਲ ਕਿਹਾ ਜਾਂਦਾ ਵੀ ਜਦੋਂ 26 ਦਾ ਪਰਚਾ ਕਰਾਉਣਾ ਹੁੰਦਾ ਜਾਂ ਹੋਰ ਕੋਈ ਡਾਕਟਰ ਤੋਂ ਇਹੋ ਜੀ ਮਦਦ ਲੈਣੀ ਹੁੰਦੀ ਹੈ ਤਾਂ ਇਹਨਾਂ ਦੀ ਲੋੜ ਪੈਂਦੀ ਆ ਜਾਂ ਫਿਰ ਬਿਲਕੁਲ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕ ਆ ਜਿਹੜੇ ਉਹ ਇਨਾਂ ਹਸਪਤਾਲਾਂ ਦੇ ਵੱਲ ਮਜਬੂਰੀ ਦੇ ਵਿੱਚ ਮੂੰਹ ਕਰਦੇ ਕਿਉਂਕਿ ਉਹਨਾਂ ਦੀਆਂ ਜੇਬਾਂ ਦੇ ਵਿੱਚ ਨੋਟ ਨਹੀਂ ਹੁੰਦੇ ਜੇਕਰ ਕਿਸੇ ਕੋਲੇ ਥੋੜੇ ਜਿਹੀ ਵੀ ਨੋਟ ਹੋਣ ਉਹ ਬੰਦਾ ਕਹਿੰਦਾ ਵੀ ਯਾਰ ਆਪਾਂ ਬੰਦਾ ਬਚਾਉਣਾ ਤੇ ਭਾਵੇਂ ਸਾਨੂੰ ਮਹਿੰਗੇ ਤੋਂ ਮਹਿੰਗੇ ਹਸਪਤਾਲ ਦੇ ਵੱਲ ਕਿਉਂ ਨਾ ਜਾਣਾ ਪਵੇ ਜੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਵਧੀਆ ਹੈ ਤਾਂ ਅਜੇ ਤੱਕ ਕਿਸੇ ਵਿਧਾਇਕ ਨੇ ਕਿਸੇ ਮੰਤਰੀ ਨੇ ਕਿਸੇ ਸਾਬਕਾ ਮੰਤਰੀ ਨੇ ਕਿਸੇ ਐਮਪੀ ਨੇ ਕਿਸੇ ਰਾਜ ਸਭਾ ਦੇ ਮੈਂਬਰ ਨੇ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਵੱਡੀ ਜਾਂ ਛੋਟੀ ਆਪਣਾ ਤੇ ਆਪਣੇ ਟੱਬਰ ਦਾ ਇਲਾਜ ਇਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਕਿਉਂ ਨਹੀਂ ਕਰਵਾਇਆ ਜੇ ਪੰਜਾਬ ਦੇ ਵਿੱਚ ਸਰਕਾਰੀ ਸਿੱਖਿਆ ਢਾਂਚਾ ਬਹੁਤ ਵਧੀਆ ਹੈ ਤਾਂ ਪੰਜਾਬ ਦੇ ਕਿੰਨੇ ਮੰਤਰੀ ਕਿੰਨੇ ਵਿਧਾਇਕ ਕਿੰਨੇ ਸਾਬਕਾ ਮੰਤਰੀ ਕਿੰਨੇ ਸੀਨੀਅਰ ਪੁਲਿਸ ਅਧਿਕਾਰੀ ਜਾਂ ਕਿੰਨੇ ਹੋਰ ਮਹਿਕਮੇ ਦੇ ਅਧਿਕਾਰੀ ਆ ਜਿਹੜੇ ਜਾਂ ਮੈਂਬਰ ਪਾਰਲੀਮੈਂਟ ਚਾਹ ਰਾਜ ਸਭਾ ਦੇ ਮੈਂਬਰ ਜਾਂ ਕੇਂਦਰੀ ਮੰਤਰੀ ਹੋ ਜੇ ਹੋਣਗੇ ਜਿਨ੍ਹਾਂ ਨੇ ਆਪਣੇ ਬੱਚੇ ਲੰਘੇ ਵੇਲੇ ਦੇ ਵਿੱਚ ਜਾਂ ਵਰਤਮਾਨ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨੇ ਪਾਏ ਆ ਲੋਕਾਂ ਨੂੰ ਪੜ੍ਹਨੇ ਪਾਤਾ ਪਰ ਆਪਦੇ ਨਿਆਣੇ ਨਿੱਜੀ ਸਕੂਲਾਂ ਦੇ ਵਿੱਚ ਆ ਲੋਕਾਂ ਨੂੰ ਕਹਿੰਦੇ ਵੀ ਸੇ ਸਹੂਲਤਾਂ ਬਹੁਤ ਵਧੀਆ ਪਰ ਜਦੋਂ ਆਪ ਜਾਂ ਆਪਣੇ ਬਿਮਾਰ ਹੁੰਦੇ ਫਿਰ ਇਹ ਨਿੱਜੀ ਹਸਪਤਾਲਾਂ ਵੱਲ ਦੌੜਦੇ ਆ ਫਿਰ ਈਮਸ ਦਾ ਚੇਤਾ ਆਉਂਦਾ ਫਿਰ ਇਹਨਾਂ ਨੂੰ ਚੇਤਾਵਨੀ ਆਉਂਦਾ ਜੀ ਕਿ ਅਸੀਂ ਫੋਟਸ ਦੇ ਬਣ ਜਾਈਏ ਫਿਰ ਚੇਤਾਵਨੀ ਆਉਂਦਾ ਜੀ ਕਿ ਵੱਡੇ ਵੱਡੇ ਹੋਰ ਹਸਪਤਾਲਾਂ ਮਿਲ ਜਾਈਏ ਉਹ ਤਾਂ ਨਹੀਂ ਉਹ ਤਾਂ ਆਮ ਲੋਕਾਂ ਲਈ ਸਭ ਕੁਝ ਠੀਕ ਹੈ ਇਹ ਗੱਲਾਂ ਇਸ ਕਰਕੇ ਕਰਨੀਆਂ ਪੈ ਰਹੀਆਂ ਕਿਉਂਕਿ ਮਾਨਸਾ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ 3 ਇਡੀਅਟ ਫਿਲਮ ਦੀ ਤਰਜ਼ ਦੇ ਉੱਤੇ ਖਬਰਾਂ ਦੇ ਮੁਤਾਬਕ ਖਬਰਾਂ ਦੇ ਮੁਤਾਬਕ ਪਤਾ ਲੱਗਾ ਕਿ ਉੱਥੇ ਜੀ ਵੀਡੀਓ ਕਾਲ ਕਰਕੇ ਔਰਤ ਦੀ ਡਿਲੀਵਰੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਚੱਕਰ ਦੇ ਵਿੱਚ ਔਰਤ ਵੀ ਮਾਰ ਦਿੱਤੀ ਤੇ ਉਹਦਾ ਬੱਚਾ ਵੀ ਮਰ ਗਿਆ ਕਸੂਰਵਾਰ ਕੌਣ ਸਾਡੇ ਮੂਰਖ ਮੱਤੇ ਤਜਰਬੇ ਕਸੂਰਵਾਰ ਕੌਣ ਸਾਡਾ ਢਾਂਚਾ ਕਸੂਰਵਾਰ ਕੌਣ ਸਾਡਾ ਪ੍ਰਬੰਧ ਸਾਡਾ ਸਿਸਟਮ ਕਸੂਰਵਾਰ ਹੈ ਸੋ ਇਸ ਮਾਮਲੇ ਦੇ ਉੱਤੇ ਹੁਣ ਪਤਾ ਨਹੀਂ ਕੀ ਹੋ ਜੀਆਂ ਪੜਤਾਲਾਂ ਹੋਣੀਆਂ ਪਰ ਜਿਵੇਂ ਕਿ ਖਬਰਾਂ ਆਈਆਂ ਉਹਦੇ ਮੁਤਾਬਕ ਇਹ ਹੀ ਪਤਾ ਲੱਗਾ ਪੀੜਤ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਔਰਤ ਨੂੰ ਡਿਲੀਵਰੀ ਵਾਸਤੇ ਇੱਥੇ ਲੈ ਕੇ ਆਏ ਇਸ ਥਾਂ ਦੇ ਉੱਤੇ ਕੋਈ ਸੀਨੀਅਰ ਡਾਕਟਰ ਨਹੀਂ ਸੀ ਇਸ ਥਾਂ ਦੇ ਉੱਤੇ ਕੋਈ ਸੀਨੀਅਰ ਨਰਸ ਨਹੀਂ ਸੀ ਤੇ ਸਹਾਇਕ ਸਟਾਫ ਨੇ ਗੱਲ ਕੀਤੀ ਕਿ ਡਿਲੀਵਰੀ ਤਸੀਰ ਕਰਵਾ ਦੇਣਗੇ ਛੁਟਕੀਆਂ ਦੇ ਵਿੱਚ ਲੋ ਜੀ ਉਹਨਾਂ ਨੇ ਆਪਣੀ ਡਾਕਟਰਨੀ ਨੂੰ ਫੋਨ ਲਾਇਆ ਵੀਡੀਓ ਕਾਲ ਲਈ ਤੇ ਉਹ ਦੱਸ ਰਹੀ ਹੈ ਕਿ ਹੁਣ ਤੁਸੀਂ ਇਦਾਂ ਕਰ ਲਓ ਹੁਣ ਤੁਸੀਂ ਆਹ ਕਰ ਲਓ ਹੁਣ ਤੁਸੀਂ ਇਹ ਕਰ ਲਓ ਹੁਣ ਤੁਸੀਂ ਇਉਂ ਕਰ ਲਓ ਤੇ ਦੋਵੇਂ ਜੀ ਮਾਰ ਦਿੱਤੇ ਗਏ ਆ ਮਾਂ ਤੇ ਬੱਚੇ ਨੂੰ ਮਾਰ ਦਿੱਤਾ ਗਿਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਮਾਲਸਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਡਿਲੀਵਰੀ ਦੌਰਾਨ ਔਰਤ ਤੇ ਉਸ ਦੇ ਨਵ ਜੰਮੇ ਬੱਚੇ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਕਿਹਾ ਜਾ ਰਿਹਾ ਜੀ ਕਿ ਵੀਡੀਓ ਕਾਲ ਦੇ ਮਾਧਮ ਦੇ ਰਾਹੀਂ 3 ਇਡੀਅਟ ਫਿਲਮ ਦੀ ਤਰਜ਼ ਦੇ ਉੱਤੇ ਡਿਲੀਵਰੀ ਕਰਵਾਉਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਔਰਤ ਤੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹੰਗਾਮਾ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਕੋਈ ਡਾਕਟਰ ਨਹੀਂ ਸੀ ਹਸਪਤਾਲ ਦੇ ਸਟਾਫ ਨੇ ਐਮਰਜੈਂਸੀ ਦੇ ਵਿੱਚ ਡਾਕਟਰ ਨੂੰ ਵੀਡੀਓ ਕਾਲ ਕੀਤੀ ਤੇ ਡਿਲੀਵਰੀ ਕਰਵਾ ਦਿੱਤੀ ਤੇ ਮਾਂ ਤੇ ਬੱਚੇ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਡਾਕਟਰ ਆਇਆ ਹੀ ਨਹੀਂ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸਿਵਲ ਹਸਪਤਾਲਾਂ ਦੇ ਵਿੱਚ ਨਿੱਜੀ ਹਸਪਤਾਲਾਂ ਵਰਗੀਆਂ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ ਪਰ ਇੱਥੇ ਹਾਲਾਤ ਬਰਦ ਤੋਂ ਬਦਤਰ ਨੇ ਸਿਵਲ ਹਸਪਤਾਲ ਦੇ ਵਿੱਚ ਡਿਲੀਵਰੀ ਦੇ ਲਈ ਔਰਤ ਨੂੰ ਭਰਤੀ ਕਰਵਾਇਆ ਗਿਆ ਪਰ ਇੱਥੇ ਆਉਣਾ ਹੀ ਉਹਨਾਂ ਦੇ ਲਈ ਸਭ ਤੋਂ ਵੱਡਾ ਗੁਨਾਹ ਬਣ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਹੁਣ ਸੀਨੀਅਰ ਡਾਇਰెక్టర్ ਸਹਿਬਾਨ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਦੀ ਗੱਲ ਕਹੀ ਗਈ ਆ ਇਹ ਗੱਲ ਕਹੀ ਗਈ ਹੈ ਜੀ ਕਿ ਜੇਕਰ ਇਹਦੇ ਵਿੱਚ ਕੋਈ ਕਸੂਰवार ਪਾਇਆ ਗਿਆ ਤਾਂ ਉਹਦੇ ਉੱਤੇ ਬਣਦੀ ਸਾਰੀ ਕਾਰਵਾਈ ਕਰਾਂਗੇ ਹੁਣ ਪ੍ਰਸ਼ਾਸਨ ਜਾਗਿਆ ਜਿਹੜਾ ਕਿ ਪਹਿਲਾਂ ਸੁਤਾ ਰਹਿਦਾ ਅਕਸਰ ਜਦੋਂ ਇਹੋ ਜੀ ਕੋਈ ਵੀ ਘਟਨਾ ਹੋਣ ਨਾ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਹਫ਼ਤੇ ਲਈ 10 ਦਿਨ ਦੇ ਲਈ ਵੱਧ ਤੋਂ ਵੱਧ 2 ਜਾਂ 3 ਹਫ਼ਤੇ ਦੇ ਲਈ ਬਹੁਤ মিডিਏ ਦੇ ਵਿੱਚ ਗੱਲਾਂ ਆਉਂਦੀਆਂ ਸਰਗਰਮੀ ਦੀਆਂ ਗੱਲਾਂ ਛੜਦੀਆਂ ਹੁਣ ਅਸੀਂ ਬਦਲਾਅ ਕਰ ਦਿਆਂਗੇ ਅਸੀਂ ਐ ਕਰ ਦਿਆਂਗੇ ਪਰ ਮੁੜ ਘੜ ਕੇ ਗੱਲ ਕਿੱਥੇ ਆਉਂਦੀ ਆ ਗੱਦੇ ਬਦਲ ਦਿਆਂਗੇ ਅਸੀਂ ਕੀ ਕਰਾਂਗੇ ਜੀ ਬਾਥਰੂਮਾਂ ਦੀਆਂ ਟਾਇਲਾਂ ਸਾਫ਼ ਕਰ ਦਿਆਂਗੇ ਅਸੀਂ ਕੀ ਕਰਾਂਗੇ ਜੀ ਟੂਟੀ ਬਦਲ ਦਿਆਂਗੇ ਅਸੀਂ ਕਦੇ ਇਹ ਤਾਂ ਨਹੀਂ ਗੱਲ ਕਹੀ ਵੀ ਅੱਜ ਤੋਂ ਬਾਅਦ ਜੇਕਰ ਇੱਥੇ ਕਿਸੇ ਵੀ ਡਿਲੀਵਰੀ ਕਰਵਾਉਣ ਵਾਲੀ ਔਰਤ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਮੰਤਰੀ ਸਾਹਿਬ ਦਾ ਅਸਤੀਫਾ ਹੋਊਗਾ ਉਸ ਹਸਪਤਾਲ ਦੇ ਜਿਹੜੇ ਸੁਪਰਡਿੰਟ ਦਾ ਸਤਿਫਾ ਹੋਊਗਾ ਉਸ ਹਸਪਤਾਲ ਦੇ ਸੀਨੀਅਰ ਡਾਇਰੈਕਟਰਾਂ ਨੂੰ ਅਸੀਂ ਕੱਢ ਦਿਆਂਗੇ ਕਦੇ ਇਦਾਂ ਦੀ ਗੱਲ ਤਾਂ ਨਹੀਂ ਆਈ ਇਹ ਖਬਰਾਂ 5 7 10 ਦਿਨਾਂ ਦੇ ਲਈ ਆਮ ਲੋਕਾਂ ਵਾਸਤੇ ਆ ਜਿਹੜਾ ਪੀੜਤ ਪਰਿਵਾਰ ਆ ਉਹਦੇ ਲਈ ਸਾਰੀ ਉਮਰ ਦਾ ਚੋਰਾ ਰੋਣਾ ਪਰ ਬਾਅਦ ਦੇ ਵਿੱਚ ਕਿਸੇ ਨੇ ਚੇਤੇ ਨਹੀਂ ਕਰਨਾ ਤੁਹਾਨੂੰ ਚੇਤੇ ਹੋਣਾ ਪਠਾਨਕੋਟ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਕੁਝ ਕ ਮਹੀਨੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਔਰਤ ਸੀ ਉਹ ਵੀ ਡਿਲੀਵਰੀ ਵਾਸਤੇ ਇਵੇਂ ਪਹੁੰਚੀ ਸੀ ਉਹਨੂੰ ਕਿਸੇ ਨੇ ਉੱਥੇ ਦਾਖਲ ਨਹੀਂ ਸੀ ਕੀਤਾ ਔਰ ਰਿਸੈਪਸ਼ਨ ਦੇ ਉੱਤੇ ਹੀ ਟੜਫਣ ਲੱਗ ਪਈ ਕਿਉਂਕਿ ਉਹਦੇ ਜੰਮਣ ਪੀੜਾ ਉੱਠ ਖੜੀਆਂ ਤੇ ਬਾਅਦ ਦੇ ਵਿੱਚ ਉਹਨੇ ਉੱਥੇ ਫਰਸ਼ ਦੇ ਉੱਤੇ ਬੱਚਾ ਜੰਮਦਾ ਸੀ ਤੇ ਫਿਰ ਖੂਨ ਦੀਆਂ ਤਕੀਰੀਆਂ ਆਲੇ-ਦੁਆਲੇ ਪੈੰਦੀਆਂ ਦੇਖੀਆਂ ਸੀ ਉਹਨੂੰ ਦੇਖ ਕੇ ਗੱਜ ਭਰ ਆਇਆ ਸੀ ਵੀ ਯਾਰ ਇਹ ਸਾਡੇ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦਾ ਹਾਲ ਆ ਫਿਰ ਬਾਅਦ ਦੇ ਵਿੱਚ ਕਮਾਲ ਦੀ ਗੱਲ ਆਈ ਸਾਹਮਣੇ ਸਿਹਤ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹਨੇ ਵੀਡੀਓ ਬਣਾਈ ਆ ਉਹ ਉਹ ਅਸੀਂ ਤਲਬ ਕਰਾਂਗੇ ਉਹਦਾ ਕਸੂਰ ਕੀ ਆ ਡਾਕਟਰਾਂ ਨੇ ਨਰਸਾਂ ਨੇ ਦਾਖਲ ਨਹੀਂ ਕੀਤਾ ਤੁਸੀਂ ਕਹਿੰਦੇ ਵੀਡੀਓ ਬਣਾਉਣਾ ਗਲਤ ਆ ਤੇ ਫਿਰ ਇਹ ਬਹੁਤ ਚੰਗਾ ਕੰਮ ਵੀ ਉਹਨੇ ਦਾਖਲ ਨਹੀਂ ਸੀ ਕੀਤਾ ਮਤਲਬ ਇਹ ਅਸੀਂ ਗੱਲ ਦਾ ਮੋੜ ਕਿਵੇਂ ਘੁਮਾ ਦਿੰਨੇ ਆ ਸੋ ਬੇਨਤੀ ਇਹ ਆ ਵੀ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸੂਬੇ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜੇਕਰ ਇਹੋ ਜੀਆਂ ਖਬਰਾਂ ਆਉਣੀਆਂ ਲੋਕਾਂ ਦਾ ਮਨ ਉਚਾਟ ਕਿਉਂ ਨਹੀਂ ਹੋਊਗਾ ਲੋਕ ਕਿਉਂ ਨਹੀਂ ਇਹ ਗੱਲ ਕਹਿਣਗੇ ਵੀ ਯਾਰ ਇੱਥੇ ਕੁਝ ਨਹੀਂ ਹੋਣਾਗਾ ਇੱਥੇ ਕੁਝ ਹੋਵੇ ਇੱਥੇ ਸਭ ਕੁਝ ਠੀਕ ਰਵੇ ਤੇ ਮੇਰੀ ਬੇਨਤੀ ਇਹ ਆ ਭਾਵੇਂ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਅਤੇ ਭਾਵੇਂ ਬਾਕੀ ਮੰਤਰੀ ਤੇ ਭਾਵੇਂ ਵਿਧਾਇਕਾਂ ਤੇ ਭਾਵੇਂ ਚੇਅਰਮੈਨ ਆ ਤੇ ਭਾਵੇਂ ਐਮਪੀ ਆ ਤੇ ਭਾਵੇਂ ਰਾਜ ਸਭਾ ਦੇ ਮੈਂਬਰ ਜਦੋਂ ਵੀ ਤੁਸੀਂ ਬਿਮਾਰ ਹੁੰਨੇ ਹੋ ਤੁਹਾਡੇ ਪਰਿਵਾਰ ਦਾ ਕੋਈ ਜੀ ਬਿਮਾਰ ਹੁੰਦਾ ਪਹਿਲਾਂ ਗੱਲੋ ਤੰਦਰੁਸਤ ਰਹਿਣ ਸਾਰੇ ਤੁਹਾਡਾ ਕੋਈ ਸੱਕਾ ਸੰਬੰਧੀ ਬਿਮਾਰ ਹੁੰਦਾ ਤੁਸੀਂ ਇਹਨਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਇਆ ਕਰੋ ਆਪ ਦਾਖਲ ਉੱਥੇ ਹੋਇਆ ਕਰੋ ਉਦਾਹਰਨ ਦਿਆ ਕਰੋ ਜੀ ਕਿ ਮੈਂ ਫਲਾਣੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਆ ਮੈਂ ਫਲਾਣੇ ਚੈਰੀਟੇਬਲ ਦੇ ਵਿੱਚ ਦਾਖਲ ਹੋਇਆ ਅੱਜ ਤੇ ਮੈਨੂੰ ਬਹੁਤ ਵਧੀਆ ਸੇਵਾ ਸੁਵਿਧਾਾਂ ਦੇਖੋ ਜੀ ਕਿੰਨਾ ਚਮਕਦਾ ਬੈੱਡਰੂਮ ਆ ਆ ਦੇਖੋ ਜੀ ਡਾਕਟਰ ਤਿਆਰ ਵਰ ਤਿਆਰ ਆ ਦਵਾਈਆਂ ਦੀ ਕਮੀ ਕੋਈ ਨਹੀਂ ਬਾਥਰੂਮ ਬੜੇ ਵਧੀਆ ਹੈਗੇ ਆ ਇੱਥੇ ਕੋਈ ਕੁੱਤਾ ਨਹੀਂ ਹੈਗਾ ਇੱਥੇ ਸਾਰੇ ਕੰਮ ਆ ਜਿਹੜੇ ਬਿਲਕੁਲ ਸਹੀ ਹੋ ਗਏ ਆ ਲੋਕ ਉਦਾਹਰਨ ਮੰਨ ਕੇ ਗੱਲ ਕਹਿਣਗੇ ਵੀ ਯਾਰ ਜੇਕਰ ਮੰਤਰੀ ਸਾਹਿਬ ਉੱਥੇ ਜਾਂਦਾ ਤੇ ਫਿਰ ਅਸੀਂ ਕਿਉਂ ਨਹੀਂ ਜਾਂਦੇ ਤੁਸੀਂ ਆਪ ਨਹੀਂ ਜਾਂਦੇ ਤੁਸੀਂ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਜਾਓ ਸਹੂਲਤਾ ਬਹੁਤ ਆ ਪਰ ਉੱਥੇ ਸਹੂਲਤਾਂ ਜੇਕਰ ਹੋਣ ਤਾਂ ਫਿਰ ਡਿਲੀਵਰੀ ਇੱਕ ਔਰਤ ਦੀ ਇਦਾਂ ਵੀਡੀਓ ਕਾਲ ਤੇ ਨਾ ਕਰਾਈ ਜਾਵੇ ਫਿਰ ਔਰਤ ਦੀਆਂ ਤਤਿਰਨੀਆਂ ਫਰਸ਼ ਦੇ ਉੱਤੇ ਨਾ ਪਹਿਣ ਬੱਚਾ ਜੰਮਣ ਵੇਲੇ ਇਹਨਾਂ ਗੱਲਾਂ ਦੇ ਵੱਲ ਸੱਚੀ ਮੁੱੱਚੀ ਦਿਲੀ ਤੌਰ ਤੇ ਗੌਰ ਕਰਨਾ ਚਾਹੀਦਾ ਲੰਘੇ ਕੱਲ ਬਿਹਾਰ ਦੇ ਸਾਬਕਾ ਡਿਪਟੀ ਸੀਐਮ ਸੁਸ਼ੀਲ ਮੋਦੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਕੁਝ ਗੱਲਾਂ ਕਹੀਆਂ ਗਈਆਂ ਮੈਨੂੰ ਤਾਂ ਉਹਦੇ ਤੇ ਬਹੁਤ ਹੈਰਾਨੀ ਹੋਈ ਆ ਇਹ ਡਿਪਟੀ ਸੀਐਮ ਨੇ ਬਿਹਾਰ ਦੇ ਤੇ ਰਾਜ ਸਭਾ ਦੇ ਮੈਂਬਰ ਨੇ ਜਿਹੜੇ ਇਹਨਾਂ ਨੇ ਬੜੀਆਂ ਨਿੱਠ ਕੇ ਗੱਲਾਂ ਕਹੀਆਂ 2000 ਦੇ ਨੋਟ ਦੇ ਬਾਰੇ ਜਦੋਂ ਨੋਟਬੰਦੀ ਹੋਈ ਸੀ 2016 ਦੇ ਵਿੱਚ 500 ਤੇ 1000 ਦੇ ਨੋਟ ਬੰਦ ਕੀਤੇ ਸੀ तो उदों बड़ी चर्चा चली जी कि दो हज़ार का नोट तो डालर जैसा है ये गुलाबी रंग का नोट तो कमाल कर देता है इसमें एक चिप लगाई गई है जिसके जरिए पता चलता है कि ये कहाँ दबाकर रखा हुआ है अब तो ये काला धन खत्म हो जाएगा अब तो जो काला धन इकट्ठा करते थे उनकी बात खत्म हो गई इदा दिया गुला चलिया उदो ब लगा भी दो हज़ार ने नोट ने चमत्कार कर देना प्रधानमंत्री साहब ने भी गल कही कि दो हज़ार का नोट तो कायाकल्प कर देगा ਇਹ ਤਾਂ ਅਤੰਕਵਾਦੀਆਂ ਨੂੰ ਖਤਮ ਕਰ ਦੇਗਾ ਫੰਡਿੰਗ ਖਤਮ ਕਰ ਦੇਗਾ 테러ਰਿਸਟ ਕੋ ਬਸ ਖਤਮ ਕਰ ਦੇਗਾ ਤੇ ਪਰ ਅੱਜ ਕੀ ਹੋ ਰਿਹਾ ਸੁਸ਼ੀਲ ਮੋਦੀ ਸਾਹਿਬ ਕਹਿੰਦੇ ਆ ਕਿ ਭਾਰਤ ਦੇ ਵਿੱਚੋਂ 2000 ਦਾ ਨੋਟ ਬੰਦ ਹੋ ਜਾਣਾ ਚਾਹੀਦਾ ਕਿਉਂਕਿ ਅਮਰੀਕਾ ਕੈਨੇਡਾ ਤੇ ਹੋਰ ਵੱਖ-ਵੱਖ ਵਿਕਸਿਤ ਦੇਸ਼ਾਂ ਦੇ ਵਿੱਚ ਜਿਹੜੇ ਉੱਥੋਂ ਦੀ ਰਕਮ ਹੈ ਜਿਹੜੀ ਉੱਥੋਂ ਦੀ ਕਰੰਸੀ ਹੈ ਉਹ 50 ਜਾਂ 100 ਤੋਂ ਵੱਡੀ ਨਹੀਂ ਤੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੱਡਾ ਨੋਟ ਆ ਇਸ ਕਰਕੇ ਅੱਜ 테러ਰਿਸਟ ਫੰਡਿੰਗ ਦੇ ਲਈ ਵੀ ਵਰਤਿਆ ਜਾਂਦਾ ਇਸ ਕਰਕੇ ਜੇ ਨਸ਼ਾ ਮਾਫੀਆ ਵੱਲੋਂ ਵੀ ਵਰਤਿਆ ਜਾਂਦਾ ਇਸ ਕਰਕੇ ਦੇਸ਼ ਵਿਰੋਧੀ ਅੰਸਰਾਂ ਦੇ ਵੱਲੋਂ ਵੀ ਵਰਤਿਆ ਜਾਂਦਾ ਇਸ ਕਰਕੇ ਨੋਟ ਛੋਟੇ ਹੋਣੇ ਚਾਹੀਦੇ ਆ ਜਿੰਨਾ ਛੋਟਾ ਨੋਟ ਹੋਊਗਾ ਉਹਨਾਂ ਕ੍ਰਾਈਮ ਘਟ ਹੋਊਗਾ ਉਹਨਾਂ ਭ੍ਰਿਸ਼ਟਾਚਾਰ ਘਟ ਹੋਊਗਾ ਉਹਨਾਂ ਕਾਲਾਧਨ ਸਮਾਪਤ ਹੋਊਗਾ ਮੋਦੀ ਸਾਹਿਬ ਬੇਨਤੀ ਇਹ ਆ ਵੀ 2016 ਦੇ ਵਿੱਚ ਸਰਕਾਰ ਕਿਹਦੀ ਸੀ ਆਪ ਜੀ ਦੀ ਪਾਰਟੀ ਦੀ ਪ੍ਰਧਾਨ ਮੰਤਰੀ ਕੌਣ ਸੀ ਜਿਹੜੇ ਅੱਜ ਵਾਲੇ ਆ ਸੁਸ਼ੀਲ ਮੋਦੀ ਸਾਹਿਬ ਤੁਸੀਂ ਵੀ ਉਦੋਂ ਭਾਜੀਪੀ ਦੇ ਵਿੱਚ ਹੀ ਸੀ ਤੇ ਆਪ ਜੀ ਉਦੋਂ ਇਹ ਗੱਲ ਕਹਨੇ ਸੀ ਕਿ ਇਹ ਤਾਂ ਬਹੁਤ ਅੱਛਾ ਫੈਸਲਾ ਹੋ ਗਿਆ ਇਸੇ ਫੈਸਲੇ ਦੀ ਤਾਂ ਬਹੁਤ ਵੱਡੀ ਜ਼ਰੂਰਤ ਹੈ ਤੇ ਅੱਜ ਆਪਾਂ ਇਹ ਗੱਲ ਕਹਨੇ ਕਿ ਨੋਟ ਛੋਟੇ ਚਾਹੀਦੇ ਆ 500 ਤੇ 1000 ਦੇ ਨੋਟ ਆਪ ਜੀ ਦੀ ਸਰਕਾਰ ਨੇ ਬੰਦ ਕੀਤੇ ਤੇ 2000 ਦੀ ਸ਼ੁਰੂਆਤ ਕੀਤੀ ਉਦੋਂ ਇਹ ਗੱਲ ਕਹਨੇ ਸੀ ਵੀ ਭਾਈ 2000 ਦਾ ਵੱਡਾ ਨੋਟ ਆ ਜਿਹੜਾ ਭ੍ਰਿਸ਼ਟਾਚਾਰ ਖਤਮ ਕਰੂਗਾ ਤੇ ਕਾਲਾ ਤਨਖਤ ਖਤਮ ਕਰ ਲੂਗਾ ਅੱਜ ਤੁਸੀਂ ਇਹ ਗੱਲ ਕਹਨੇ ਵੀ 2000 ਦਾ ਨੋਟ ਬੰਦ ਕਰਦੇ ਛੋਟਾ ਨੋਟ ਲੈ ਕੇ ਆਓ ਇਹਦੇ ਨਾਲ ਭ੍ਰਿਸ਼ਟਾਚਾਰ ਤੇ ਕਾਲਾ ਤੰਦ ਬੰਦ ਹੋਊਗਾ ਆਪ ਜੀ ਦਾ ਸਟੈਂਡ ਕਿੱਥੇ ਹੈ ਸੋ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆ ਸੋਚਣ ਦੀ ਇਹ ਗੱਲ ਆ ਕਿ ਜਦੋਂ ਨੋਟਬੰਦੀ ਹੋਈ 2016 ਦੇ ਵਿੱਚ ਉਹਦੇ ਨਾਲ ਕੀ ਫਰਕ ਪਿਆ ਕਿੰਨੇ ਲੋਕ ਉਤਾਰਾਂ ਦੇ ਵਿੱਚ ਲੱਗੇ ਹੋਏ ਮਰ ਗਏ ਕਿੰਨੇ ਲੋਕਾਂ ਦੇ ਕਾਰੋਬਾਰ ਡੁੱਬ ਗਏ ਤੇ ਉਦੋਂ ਦੇ ਡੁੱਬੇ ਹੋਏ ਲੋਕ ਅੱਜ ਤੱਕ ਤਾਬੇ ਨਹੀਂ ਆਏ ਹੁਣ ਤੁਸੀਂ 2000 ਦੇ ਦਿਵਾਲੀ ਹੋ ਜੋ ਨੀਤਾਂ ਤੇ ਨੀਤੀਆਂ ਸਹੀ ਹੋਣੀਆਂ ਚਾਹੀਦੀਆਂ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਫੇਰ ਮਜ਼ਬੂਤ ਹੁੰਦੀ ਆ ਧਾਰਮਿਕ ਥਾਵਾਂ ਚੋਣਾਂ ਵਾਸਤੇ ਖੜੀਆਂ ਕਰ ਲੋ ਰੈਲੀਆਂ ਤੇ ਪੈਸਾ ਪਟ ਲੋ ਤੁਸੀਂ ਵਕ ਵਕ ਚੀਜ਼ਾਂ ਦੇ ਨਾਂ ਬਦਲੀ ਜਾਓ ਤੁਸੀਂ ਕਹਿੰਦੇ ਜੇ ਅਸੀਂ ਆਹ ਕਰਤਾ ਸੀ ਆਹ ਕਰਤਾ ਇਸ਼ਤਿਹਾਰਬਾਦੀ ਦੇ ਉੱਤੇ ਅਰਬਾ ਰੁਪਈਆ ਖਰਚੀ ਜਾਓ ਇਹਦੇ ਨਾਲ ਕਿਸੇ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਨਹੀਂ ਹੁੰਦੀ ਜਿਹੜੇ ਦੇਸ਼ਾਂ ਦੀ ਅਸੀਂ ਉਦਾਹਰਨਾਂ ਦਿੰਨੇ ਕਿ ਫਲਾਣਾ ਵਿਕਸਤ ਦੇਸ਼ ਆ ਉਹਦੀ ਕਰੰਸੀ ਛੋਟੀ ਹੈ ਉਹਨਾਂ ਦੇ ਕੰਮ ਵੀ ਉਹੋ ਜਿਹੇ ਆ ਜਿਹੋ ਜਿਹੇ ਕੰਮ ਸਾਡੇ ਨਹੀਂ ਉਹਨਾਂ ਦੇ ਕੰਮ ਇਹੋ ਜਿਹੇ ਆ ਜਿਹੋ ਜਿਹੇ ਕੰਮ ਅਸੀਂ ਨਹੀਂ ਕਰਦੇ ਸਾਨੂੰ ਪਾਰਦਰਸ਼ਤਾ ਰੱਖਣੀ ਚਾਹੀਦੀ ਆ ਤੇ ਮੰਤਰੀਆਂ ਤੋਂ ਸ਼ੁਰੂਆਤ ਹੋਣੀ ਚਾਹੀਦੀ ਆ ਇੱਥੇ ਗੋਗੜਾਂ ਵਾਲੇ ਜਿਹੜੇ ਵੱਡੀਆਂ ਵੱਡੀਆਂ ਗੋਗੜਾਂ ਵਾਲੇ ਜਿਹੜੇ ਆਗੂ ਆ ਉਹ ਪਹਿਲਾਂ ਕੀ ਸੀ ਤੇ ਮੰਤਰੀ ਬਣਨ ਤੋਂ ਬਾਅਦ ਕੀ ਬਣ ਗਏ ਕਹਦੇ ਇਹਦੇ ਵੱਲ ਗੌਰ ਕਰਿਓ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਇਸ ਕਰਕੇ ਅਰਥਵਿਵਸਥਾ ਮਜ਼ਬੂਤ ਆ ਸੋ ਹਰ ਕੋਈ ਜਿੰਦਾਬਾਦ ਰਵੇ ਇਹ ਦੀ ਅਸੀਂ ਕਾਮਨਾ ਕਰਦੇ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਨਹੀਂ ਘਾਟਿਆ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਹੁਣ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ